Dua zauri imam-ı zamanlar, Bismillahirrahmanirrahim. Fiyaz-ı saat ve fi kulle saat ve liyum vafirin. Salli ala Muhammedin ve ali Muhammed ve acil feraci ali Muhammed. Ve avaz-ı bulan salvatına. ਪਵਾਣੇ ਵਾਲੇ ਕੋਸ਼ਿਸ਼ ਕਰੋ, ਮਿਲ ਕੇ ਇਬਾਦਤ ਕਰੋ, ਉੱਚੀ ਪੜੋ ਸਲਵਾਤ। ਆਪਣੇ ਆਪਣੇ ਗੁਨਾਹਾਂ ਦੀ ਬਖਸ਼ਿਸ਼ ਵਾਸਤੇ, ਜ਼ਿਕਰ ਦੀ ਕਬੂਲੀਅਤ ਵਾਸਤੇ ਮੁਅੱਤਰ ਕਰੋ ਜ਼ਬਾਨ, ਪੜੋ ਸਲਵਾਤ। ਨਾਰੇ ਤਕਬੀਰ, ਮਾਸ਼ਾਅੱਲਾ। ਖਾਲਿਕ ਕਾਇਨਾਤ ਦਾ ਨਾਮ ਬੁਲੰਦ ਏ ਅਜ਼ੀਮ, ਮਜਮੇ ਕਾਫੀ ਰਾਟੋ ਰਹੇ ਹੋ, ਮਿਲ ਕੇ ਬੋਲੋ ਨਾਰੇ ਤਕਬੀਰ, ਨਾਰੇ ਰਿਸਾਲਤ। ਮਿਲ ਕੇ ਅਗਲੇ ਪਿਛਲੇ ਰਿਸਾਲਤ ਦੀ ਗਵਾਹੀ ਦਿਓ, ਨਾਰੇ ਰਿਸਾਲਤ, ਨਾਰੇ ਹੈਦਰੀ। ਸਲਵਾਤ ਬਾ ਆਵਾਜ਼ ਬੁਲੰਦ ਪੜੋ। ਜਿਹੜੇ ਪਿੱਛੇ ਬੈਠੇ ਹੋ, ਹੈਰਾਨ ਬੈਠੇ ਹੋ, ਪਰੇਸ਼ਾਨ ਬੈਠੇ ਹੋ, ਸਲਵਾਤ ਦਾ ਪੜ੍ਹਨਾ ਅਜ਼ੀਮ ਇਬਾਦਤ ਹੈ। ਕੋਸ਼ਿਸ਼ ਕਰੋ, ਮਿਲ ਕੇ ਇਬਾਦਤ ਕਰੋ, ਅਗਲੇ ਪਿਛਲੇ ਸਲਵਾਤ ਪੜ੍ਹੋ ਉੱਚੀ ਆਵਾਜ਼ ਨਾਲ। ਜੀ ਜੀ, ਮਿਲ ਕੇ ਬੋਲੋ ਜੀਓ ਬਾਬਾ। ਜਾਓ ਜਾਓ, ਜਿਤਨਾ ਹੋ ਸਕਦਾ ਹੈ ਸੈਯਦ ਬਾਦਸ਼ਾਹ ਦੀ ਇਮਦਾਦ ਕਰੋ, ਮਿਲ ਕੇ ਸਾਰੇ ਜਾਓ ਬਾਬਾ ਜੀ, ਜਾਓ। ਮੌਲਾ ਤੁਹਾਡੀ ਜ਼ਿੰਦਗੀਆਂ ਕਰੇ, ਕੋਸ਼ਿਸ਼ ਕਰੋ ਜਿਤਨਾ ਹੋ ਸਕਦਾ ਹੈ। ਸੈਯਦ ਬਾਦਸ਼ਾਹ ਹੈ, ਨਸਲ ਰਸੂਲ ਹੈ, ਨਸਲ ਬਤੂਲ ਹੈ, ਇਸ ਦੀ ਇਮਦਾਦ ਕਰੋ ਜਿਤਨਾ ਹੋ ਸਕਦਾ ਹੈ। ਅਤੇ ਕੋਸ਼ਿਸ਼ ਕਰੋ ਮਿਲ ਕੇ ਇੱਕ ਸਲਵਾਤ ਪੜ੍ਹੋ ਉੱਚੀ ਆਵਾਜ਼ ਨਾਲ ਗਵਾਣੇ ਵਾਲੇ। ਮਿਹਰਬਾਨੋ, ਕੋਈ ਜ਼ਾਕਰੀ ਦਾਵਾ ਨਹੀਂ। ਨੌਕਰਾਂ ਸਖੀ ਬਾਦਸ਼ਾਹ ਹੁਸੈਨ ਦੇ ਦਰ ਦਾ, ਜਿਹੜੇ ਪਿੱਛੇ ਬੈਠੇ ਵਿਖਿਆ ਮੇਰੇ ਵਾਲੇ ਪਾਸੇ ਨਿਆਜ਼ ਹੁਸੈਨ। ਮੈਂ ਆਖਿਆ ਨੌਕਰਾਂ ਸਖੀ ਬਾਦਸ਼ਾਹ ਹੁਸੈਨ ਦੇ ਦਰ ਦਾ ਅਤੇ ਬਾਦਸ਼ਾਹ ਹੁਸੈਨ ਦੇ ਆਜ਼ਾਦਾਰਾਂ ਦਾ। ਗੁਆਣਿਆ ਲਿਓ ਮੈਨੂੰ ਮਿੰਬਰ ਹੁਸੈਨ ਦੀ ਕਸਮ ਹੈ, ਨੌਕਰ ਉਹ ਹਲਾਲੀ ਆਉਂਦਾ ਹੈ, ਉਹ ਚੰਗਾ ਆਉਂਦਾ ਹੈ ਜਿਹੜਾ ਜੈਂਦਾ ਖਾਵੇ ਵੱਲ ਉਹਦੇ ਗੀਤ ਗਾਵੇ। ਜਨਾਬ ਦੀ ਇਜਾਜ਼ਤ ਹੋਵੇ, ਨੌਕਰ ਆਉਣ ਦੀ ਹਸੀਅਤ ਨਾਲ ਤੁਹਾਡਾ ਨੌਕਰ ਆਗਾਜ਼ ਮਜਲਿਸ 4:17 ਤੋਂ ਕਰਨਾ ਚਾਹੁੰਦਾ। ਸਾਰਿਆਂ ਦਾ ਪ੍ਰੋਗਰਾਮ ਮੈਂ 17:4 ਪੜ੍ਹਾਂ। ਨਬੀ ਨੇ ਆਖਿਆ ਹਕੀਕੀ ਖਾਲਿਕ, ਬਾਬਾ ਜੀ ਥੋੜ੍ਹਾ ਜਲਦੀ ਕਰੇ, ਯਾਰ ਵਿਖਿਆ ਮੇਰੇ ਪਾਸ ਨਹੀਂ ਆ ਰਿਹਾ। ਨਬੀ ਨੇ ਆਖਿਆ ਹਕੀਕੀ ਖਾਲਿਕ, ਦੁਆ ਵਿਚੇ ਤਮੇ ਘੁੰਦੇ ਜਾ। ਬੋਲਣਾ ਹਰ ਬੰਦੇ ਦਾ ਨਸੀਬ ਏ, ਸਖੀਆਂ ਦਾ ਮਿੰਬਰ ਏ, ਸੱਚਿਆਂ ਦਾ ਦਰਬਾਰ ਏ। ਮਿੰਬਰ ਦੀ ਕਸਮ ਏ, ਆਉਂਦਾ ਹਰ ਬੰਦਾ ਜ਼ਿਕਰ ਚ ਬੁਲੇਂਦਾ, ਉਹ ਹੋ ਜਾਂਦਾ ਬੋਲਣਾ ਮਦੀਨੇ ਵਾਲੇ ਨੂੰ ਪਸੰਦ ਹੋਵੇ। ਨਬੀ ਨੇ ਆਖਿਆ ਹਕੀਕੀ ਖਾਲਿਕ, ਦੁਆ ਵਿਚੇ ਨਾ ਤਮੇ ਕੁੰਦੇ ਚਾ। ਅਲੀ ਨੇ ਆਖਿਆ ਬਹਾਦਰੀ ਦੇ ਅਜ਼ਾ ਵਿਚੇ ਨਾ ਤਮੇ ਕੁੰਦੇ ਚਾ। ਉਹ ਜਿਹੜੇ ਪਿੱਛੇ ਬੈਠੇ ਹੋ ਸਰ ਚੜ੍ਹੇ, ਅਲੀ ਨੇ ਆਖਿਆ ਬਹਾਦਰੀ ਦੇ ਅਜ਼ਾ ਵਿਚੇ ਨਾ ਤਮੇ ਕੁੰਦੇ ਚਾ। ਹਸਨ ਨੇ ਆਖਿਆ ਜੇ ਸਬਰ ਵਾਲੀ ਅਤਾ ਵਿਚੇ ਨਾ ਤਮੇ ਕੁੰਦੇ ਚਾ। ਬਾਬਾ ਜੀ ਜਿਹੜਾ ਬੰਦਾ ਕਦੇ ਨਹੀਂ ਬੋਲਿਆ ਵੇਖੇ ਮੇਰੇ ਪਾਸੇ। ਹਸਨ ਨੇ ਆਖਿਆ ਜੇ ਸਬਰ ਵਾਲੀ ਅਤਾ ਵਿਚੇ ਨਾ ਤਮੇ ਕੁੰਦੇ ਚਾ। ਹੁਸੈਨ ਨੇ ਆਖਿਆ ਜੇ ਦੀਨ ਆਪਣਾ ਖੁਦਾ ਵਿਚੇ ਨਾ ਤਮੇ ਕੁੰਦੇ ਚਾ। ਸਰ ਚੋਇਆ ਨਹੀਂ ਆ ਰਿਹਾ ਹੁਸੈਨ। ਹਸਨ ਨੇ ਆਖਿਆ, ਨਤੀਜਾ ਦੇਣਾ ਚਾਹੁੰਦਾ ਜਿਹੜਾ ਬੰਦਾ ਅਜੇ ਤੱਕ ਅਲੀ ਦਾ ਨਾਮ ਨਹੀਂ ਲੈ ਸਕਿਆ, ਵੇਖੇ ਮੇਰੇ ਪਾਸੇ ਕਲੇਜਾ ਹਥੇਲੀ ਤੇ ਆ ਕੇ ਅਲੀ ਅਲੀ ਨਾ ਕਰੇ, ਮੈਂ ਮੁਸਾਫਰ ਸ਼ਾਮ ਦੀ ਤਹਿਦੀਰ ਤੂੰ ਜ਼ਾਕਰੀ ਨਹੀਂ ਪੀਨੀ। ਹਸਨ ਨੇ ਆਖਿਆ ਜੇ ਸਾਬਰ ਵਾਲੀ
ਅਤਾ ਵਿੱਚ ਇਹਨਾਂ ਤਾਂ ਮੈਕੂੰ ਦੇ ਚਾਹ। ਹੁਸੈਨ ਨੇ ਆਖਿਆ ਜੇ ਦੀਨ ਆਪਣਾ ਖੁਦਾ ਵਿੱਚ ਇਹਨਾਂ ਤਾਂ ਮੈਕੂੰ ਦੇ ਚਾਹ। ਖੁਦਾ ਨੇ ਆਖਿਆ ਜੋ ਮੰਗੋ ਗਿਨੋ, ਸਾਰੇ ਕਦਰ ਸ਼ਨਾਸ ਹੀਵੇ, ਇੱਕੋ ਮੈਥੂ ਵਫਾ ਨਾ ਮੰਗੋ, ਵਫਾ ਦਾ ਮਾਲਿਕ ਅਬਾਸ ਹੀਵੇ। ਇਹ ਹਰ ਬੰਦੇ ਦੀ ਆਪਣੀ ਡਿਊਟੀ ਹੁੰਦੀ ਹੈ। ਮੈਂ ਤਾਂ ਪਹਿਲੇ ਮੇਰੇ ਭਾਈ ਪੜ੍ਹਦੇ ਪਏ ਹਨ, ਇਹ ਹਕੀਕਤ ਗੱਲ ਹੈ, ਇਹ ਮੌਜਦਾ ਬਹਿਣ ਤੇ ਬਿਰਾ ਦਾ। ਹਰ ਰਾਕਰ ਦੀ ਹਰ ਜਗ੍ਹਾ ਤੇ ਚਾਹਤ ਨਹੀਂ ਹੈ। ਕੋਈ ਬਾਨੀ ਐਸੇ ਹੁੰਦੇ ਜਿਹੜੇ ਚਾਹੁੰਦੇ ਨੇ ਸਾਡੇ ਕੋਲ ਪੜ੍ਹੇ। ਮੇਰੀ ਜ਼ਾਤੀ ਔਕਾਤ ਟੱਕੇ ਦੀ ਨਹੀਂ, ਸੱਚਿਆਂ ਦੇ ਦਰਬਾਰ ਵਿੱਚ ਖਲਾਂ ਬਹਿਣ ਬਿਰਾਵਾਂ ਔਕਾਤ ਤੋਂ ਜ਼ਿਆਦਾ ਇੱਜ਼ਤ ਦਿੱਤੀ। ਮਗਰ ਕੋਸ਼ਿਸ਼ ਕੀਤੀ ਕਰੋ ਯਾਰ, ਬੋਲਿਆ ਕਰੋ, ਥੋੜ੍ਹਾ ਥੋੜ੍ਹਾ ਬੋਲਣਾ ਹੀ ਵਾਅਦਾ ਤੇ। ਬਾਬਾ ਜੀ ਥੋੜ੍ਹਾ ਜਲਦੀ ਕਰੋ ਆ, ਮੈਂ ਚਾਰ ਸਤਰਾਂ ਹੋਰ ਪੜ੍ਹਨਾ ਚਾਹੁੰਦਾ। ਜ਼ਿੰਦਾ ਰਹਿਣੇ ਕੇ ਲੀਏ ਸ਼ਾਹ ਕੀ ਅਜ਼ਾ ਕਾਫੀ ਹੈ। ਜਿਹੜੇ ਬੰਦੇ ਨਹੀਂ ਬੋਲੇਂਦੇ ਸ਼ਾਇਦ ਨਾ ਬੋਲਣਾ ਬਹਾਦਰੀ ਸਮਝਦੇ ਨੇ। ਬੋਲਣਾ ਹੀ ਬਾਦਾ ਤੇ ਆਏ ਜੋ ਹੋ ਵੱਲ ਕੋਸ਼ਿਸ਼ ਕੀਤੀ ਕਰੋ, ਜ਼ਿੰਦਾ ਰਹਿਣੇ ਕੇ ਲੀਏ ਸ਼ਾਹ ਕੀ ਅਜ਼ਾ ਕਾਫੀ ਹੈ, ਹਮਕੋ ਫਾਤਮਾ ਜ਼ਹਰਾ ਕੀ ਦੁਆ ਕਾਫੀ ਹੈ। ਹਮਕੋ ਪਿਛਲੇ ਸਰ ਚ ਵੈ, ਹਮਕੋ ਫਾਤਮਾ ਜ਼ਹਰਾ ਕੀ ਦੁਆ ਕਾਫੀ ਹੈ। ਹੁਸੈਨ ਦਾ ਆਜ਼ਾਦਾਰ ਹੈ ਤੋੜੇ ਜਿਤਨੀ ਵੀ ਮੁਖਾਲਫ ਹੋ ਜ਼ਮਾਨੇ ਕੀ ਹਵਾਏ, ਹਮਕੋ ਅੱਬਾਸ ਕੇ ਪਰਚਮ ਕੀ ਹਵਾ ਕਾਫੀ ਹੈ। ਮਿਲ ਕੇ ਬੋਲੋ ਹੈਦਰੀ। ਬਸ ਬਈ ਇੱਕ ਸਲਵਾਤ ਪੜੋ ਮਿਲ ਕੇ ਉੱਚੀ ਆਵਾਜ਼। أعوذ بالله من الشيطان الرجيم، بسم الله الرحمن الرحيم، والمتقين والجنة للموحدين جی سلوات۔ میں تان کر لو، تان کر لو، کوشش کرو یار اگلے پچھلے مل کے عبادت کرو، سلوات پڑھو۔ السلام سید الانبیاء وال مرسلین، تے میں ملسا وچ معاشر دے آسے پیو میڈے دے نالے، میں چا کے ویر علی اصغر کو تیڑا کرسا اس تک۔ کوشش کرنا دردہ نال چار وین کرو، ਜਿੱਥੇ ਬਾਈ ਹੋਰਾਂ ਛੋੜਿਆ ਜਿਹੜੇ ਬੰਦੇ ਨਹਿਰੂ ਨੇ ਸਜਾ ਉਹਦੀਆਂ ਕੈਦਾਂ ਛੁੱਟੀਆਂ, ਚਾਰ ਸਾਲ ਦੀ ਕੈਦ ਬੇਣ ਦੀ ਕਬਰ ਤੇ ਆਇਆ ਖੜਿਆ ਦਾ ਖੜਾ ਜਾਗ ਮੈਡੇ ਜ਼ੇਵਰ ਲੈ ਗਏ। ਇਹ ਵੈਣ ਤਾਂ ਸਜਾਦ ਕੀਤਾ ਭਾਈ ਜਾਨ, ਪਹਿਲੇ ਤੁਸੀਂ ਸੁਣ ਬੈਠੇ ਹੋ। ਸੱਜਾ ਦਿਮਾਮ ਰੋ ਰੋ ਕਿਆ ਰਹਿ ਖੜਾ ਮਸੂਮਾ, ਰੋਲ ਪੁੱਛਦੀ ਆਵੇ ਸਾੜੀਆਂ ਕਦਾ ਕਦਾ ਛੁੱਟਸੇ ਆਦਾ ਖੜਾ ਡੇ ਮੇਰੀਆਂ ਕੈਦਾ ਛੁੱਟ ਗਈਏ
ਕੜਾ ਉੱਠੀ ਮਸੂਮਾ ਪਿਆਓ ਦੇ ਜ਼ੇਵਰ ਲੈ ਗਏ ਨੀ ਫੁੱਫੀਆਂ ਦੇ ਜ਼ੇਵਰ ਲੈ ਗਏ ਸੱਜਾਦ ਇਮਾਮ ਭੇਣ ਦੀ ਕਬਰ ਤੇ ਹੈ ਜਿਹੜੇ ਬੰਦੇ ਨੇਰੂ ਨੇ ਏਡਾ ਵੱਡਾ ਵੈਣ ਕਰਨਾ ਜੇ ਬੰਦੇ ਮੂਸਾ ਮੁਸੱਲੇ ਤੇ ਦੁਆ ਕਰਨ ਜਿਹਦਾ ਆਖਿਆ ਸੀ ਮੇਰੀਆਂ ਕੈਦਾਂ ਛੁੱਟ ਗਈਆਂ ਨੇ ਮਸੂਮਾ ਦੀ ਮਿਲਾਰ ਹਲੀ ਆਵਾਜ਼ ਆਈਏ ਤੇ ਕੁਮੈ ਮਿਲਸਾ ਵਿੱਚ ਮਾਸ਼ਰ ਦੇ ਆਸੇ ਪਿਓ ਮੈਡੇ ਦੇ ਨਾਲੇ ਮੈਂ ਚਾ ਕੇ ਵੀਰ ਲਈ ਅਸਗਰ ਕੂੰ ਤੇਡਾ ਕਰਸਾ ਇਸ ਤੱਕ ਬੰਦੇ ਨਾ ਰੋ ਸਕੇ ਤੇ ਮੈਂ ਕਿਆ ਕਰ ਸਕਦਾ ਨੌਕਰ ਮੈਂ ਚਾ ਕੇ ਵੀਰ ਲਈ ਅਸਗਰ ਕੂੰ ਤੇਡਾ ਕਰਸਾ ਇਸ ਤੱਕ ਜਿਹੜਾ ਬੰਦਾ ਨਹੀਂ ਰੁਨਾ ਵੇਖੇ ਮੇਰੇ ਪਾਸੇ ਹੱਥ ਰੱਖ ਕੇ ਤੜਿਆ ਕਦਮਾਂ ਤੇ ਸੁਣ ਵੈਸਾ ਸ਼ਾਹ ਜਿਹੜਾ ਸ਼ਾਮ ਦੇ ਵਸਦਿਆਂ ਆਵੋ ਜ਼ੁਲਮ ਕੀਤਾ ਵਾ ਮੈਡਾ ਅੱਜ ਤਾਈ ਚੋਲਾ ਹੱਥ ਰੱਖ ਕੇ ਤੜਿਆ ਕਦਮਾਂ ਤੇ ਸੁਣੋ ਐਸਾ ਸ਼ਾਮ ਬਿਰਾਓ ਜਿਹੜਾ ਗਰੀਬ ਹੋਵੇ ਬਜ਼ੁਰਗ ਕੇਰੀ ਨੇ ਪੜਦੇ ਆਏ ਜਿਦਾਂ ਗਰੀਬ ਬਿਰਾ ਅਮੀਰ ਭੇਣ ਕੋ ਮਿਲਣ ਮੰਨੇ ਭੇਣ ਵਾਸਤੇ ਕੋਈ ਨਾ ਕੋਈ ਚੀਜ਼ ਜ਼ਰੂਰ ਲੈਵੇ ਮਿੰਬਰ ਦੀ ਕਸਮ ਏ ਭੁਆਣੇ ਵਾਲਿਓ ਸਜਾ ਉਹਦੀਆਂ ਕਹਿਦਾ ਛੁੱਟੀਆਂ ਭੇਣ ਦੀ ਕਬਰ ਤੇ ਆਇਆ ਛੋਟੇ ਛੋਟੇ ਦੁਰ ਰੱਖੇ ਸ ਮਸੂਮਾ ਦੀ ਮਿਲਾਰ ਹਲੀ ਆਵਾਜ਼ ਆਈਏ ਕਿਉਂ ਦੁਰ ਰੱਖਦਾ ਹੈ ਮੈਡੀ ਕਬਰ ਉੱਤੇ ਮੈਂ ਪਾਵਣ ਨਹੀਂ ਤੂੰ ਚਾਈਵਾਨ ਜੇ ਮਿਲ ਗਈ ਆਈ ਚੋਲਾ ਅਸਗਰ ਦਾ ਮੈਡੀ ਕਬਰ ਦੇ ਵਿੱਚ ਦਬ ਖੜਾ ਮਸੂਮਾ ਮੇਰਾ ਆਖਰੀ ਸਲਾਮ ਜਿਹੜਾ ਬੰਦਾ ਅਜੇ ਹੀ ਨਰੂਨਾ ਸਰ ਚਾਵੇ ਜੇ ਪੱਥਰ ਦਾ ਜਿਗਰ ਤਾਂ ਕਾਬੂ ਕਰ ਬੈ ਜਦਾਂ ਖਤ ਮੇਰਾ ਆਖਰੀ ਸਲਾਮ ਮਿੰਬਰ ਦੀ ਕਸਮ ਏ ਮਸੂਮਾ ਦੀ ਮਿਲਾਵਰ ਹਾਲ ਗਈ ਆਵਾਜ਼ ਆਈ ਬਹੁ ਪੰਦ ਕੀਤੇ ਨੀ ਬਾਜ਼ਾਰਾਂ ਦੇ ਤੇਡਾ ਵੱਕਾ ਤੇ ਅਮਨ ਵਿੱਚ ਲੰਘੇ ਓ ਪੀਆ ਵੱਤਾ ਨੂੰ ਤੋੜੇ ਹੋਣ ਤਾਂ ਕਰ ਤਬਦੀਲੇ ਹੰਝੂ ਦਾ ਵਾਹ 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 ਤੂੰ ਜਾਣਦਾ ਏ ਇਹਨਾਂ ਮੁਸਲਮਾਨਾਂ ਦੀ ਸਾਡੇ ਮੋਇਆਂ ਨਾਲ ਵੀ ਜੰਗ ਓ ਤੂੰ ਨਿਸ਼ਾਨ ਕਬਰ ਮੈਡੀ ਦਾ ਜਿਹੜਾ ਸ਼ਿਮਾਰ ਸੁਝ ਜਿਹੜੀ ਆਦੀ ਆਈ ਮੈਂ ਪਿਓ ਦੇ ਕਾਤਲ ਦੀ ਡਰੀ ਹੋਈ ਆ ਬਹੁਤ ਸੋਹਣਾ ਰੁਨੇ ਹੋ ਇੰਜੇ ਹੱਕ ਬਣਦਾ ਸ਼ਰੀਫਾਂ ਦੇ ਜ਼ਿਕਰ ਚ ਰੋਵਣ ਦਾ ਮੇਰੀ ਦੁਆ ਹੈ ਮਾਲਿਕ ਤੁਹਾਨੂੰ ਕਿਸੇ ਦਾ ਮੁਹਤਾਜ ਨਾ ਬਣਾਵੇ ਮਾਲਿਕ ਤੁਹਾਨੂੰ ਇਤਨਾ ਰਿਜ਼ਕ ਦੇਵੇ ਇਤਨਾ ਰਿਜ਼ਕ ਦੇਵੇ ਤੁਹਾਨੂੰ ਔਰਬਾਨੀਆਂ ਨੂੰ ਤੁਹਾਡੀ ਸੱਤ ਨਸਲਾਂ 'ਤੇ ਨਾ ਮੁੱਕੇ ਔਰ ਝੋਲੀ 'ਚ ਆ ਕੇ ਦੁਆ ਕਰੇ ਨਾ ਰਿਜ਼ਕ ਹੀ ਮਾਲਿਕ ਉਹ ਦੇਵੇ ਜਿਹੜੇ ਰਿਜ਼ਕ 'ਚ ਬਤੂਲ ਦੇ ਪੁੱਤਰਾਂ ਦਾ ਹਿੱਸਾ ਹੋਵੇ ਜੋ ਮਰੀਜ਼ ਹਨ ਮਾਲਿਕ ਸਿਹਤਯਾਬੀ ਦੇਵੇ ਜੋ ਬੇ ਔਲਾਦ ਹਨ ਮਾਲਿਕ ਔਲਾਦ ਨਰੀਨਾ ਦੇਵੇ ਬਾਨੀਆਂ ਦੇ ਦਿਲ ਦੀਆਂ ਮਾਲਿਕ ਅੱਲਾ ਨੇਕ ਹਾਇਤਾਂ ਪੂਰੀਆਂ ਫਰਮਾਏ ਤੁਹਾਡਾ ਔਰ ਪਰਦਾਦਾਰ ਮਾਵਾਂ ਭੈਣਾਂ ਦਾ ਟੋਰਾ ਆ ਮੁਰਸ਼ਿਦਾਦੀ ਮਨਜ਼ੂਰ ਮਕਬੂਲ ਫਰਮਾਵੇ ਇੱਕ ਇਸ ਇਬਾਦਤ ਦਾ ਮੁਕੰਮਲ ਦੂਜਾ ਮੁਕੰਮਲ ਕਰਨ ਦੀ ਖਾਤਰ ਇਜਾਜ਼ਤ ਹੋਵੇ ਤਾਂ ਤੁਹਾਡਾ ਨੌਕਰ ਇੱਕ ਕਸੀਦਾ ਪੜ੍ਹਨਾ ਚਾਹੁੰਦਾ ਅਤੇ ਸਾਰਿਆਂ ਦਾ ਪ੍ਰੋਗਰਾਮ ਹੈ ਕਸੀਦਾ ਪੜ੍ਹੀਏ ਜਨਾਬ
مدینے والے سید بابا جی قصیدہ میں اینج پڑھنا ہے جویں نمازی نماز پڑھ دے. بولنا ہر بندے دا اپنا نصیب ہے. میری ڈیوٹی ہے, میں ڈیوٹی مکمل کرنی ہے بڑے ادب نال بڑے احترام نال. بولنا تو تواڈی ڈیوٹی ہے. ایڈے بڑے لاجپال ہیں مدینے والے سید, ممبر حسین دی قسم ہے, آون والے بندے دی حیثیت نہیں ویتے نیت ویتے. رنگ دی کالی ذات دی حبشن. بزرگ آ کے رنجے پڑھتے ہیں, اپنے تخت تے بیٹھی نوکر چاکر سر سارے موجود, تے جناب فضا سوچیا اصلی نام جڑا اینو او مہمونا آئی, تے تخت تے بہ کے سوچیا سہیون مہمونا اتنا عرصہ شاہی گزاری ہے تے زندگی بے وفا ہے, آخرت دا تے سوچیا ہی نہیں. جیڑی باقی زندگی ہے کسے ایسے دروازے تے گزار کریں نوکری تے لکھی وے عبادت. مدینے والے دے دروازے تے آئی, جڑے بندے کدی نے بولے نیت جو پسند آئی حسنین شریفین ماں تو علاوہ بلیندے نہیں. تے ایک دن سلیمان دروازے تے بلایا تے فرمایا فضا میں ایک گل پوچھنی ہے. فرمایا ہاں سلیمان براد, جو پوچھنا پوچھے, میں سیداں دی دائی ہاں. تے جناب سلیمان فرمایا میں اے پوچھنا چاہنا, اپنا تخت چھوڑے ہی, شاہی چھوڑیے, نوکر چاکر چھوڑے نہیں, تے سیداں دی کنیجی جو کیتی ہے انہاں سلا کیا دیتے. لفظ کنیجی تو سمجھتے ہو, جنگ دی بیڑے تے لوگ بیٹھے ہو, میرا ضلع مظفر گاڑے. کنیجی جو کیتی ہے مدینے والیاں دی, تے مدینے والیاں تے کو سلا کیا دیتا ہے, اجر کیا دیتا ہے. تے جناب فضا سلیمان نو جڑا جواب دیتا ہے, توڑا نوکر قصیدہ پڑھنا چاہندا ہے. پروگرام ہے اگلے پچھلے موالی حلالی پڑھو قصیدہ, کوشش کرو مل کے اونچی آواز میں سلوار پڑھو, میں قصیدہ پڑھوں. او کنیزی, توجہ ہے بھائی, سلیمان پوچھے کنیزی کیتی انہاں کیا سلا دیتا ہے, کیا اجر دیتا ہے. مسکرا کے سلیمان دے پاسے ویکھ کے دی, کنیزی وچ بڑا رتبہ میں پائے, کنیزی کدی نہیں بولیا, ویکھے میرے پاس نیاد حسین. سلیمان پوچھے یہ جواب دیتا جناب فضا, کنیری وچ بڑا او کیڑا رتبہ پایا, ہر جاؤ کنیری بڑا ہے اولاد پات بھر جو ماں بڑا ہے, جڑے خود دین کو ٹرنا سکھیں, تساں جان دیو کہ روندو آیا جناب رہب. نبیاں دے سردار نبی دی کچہری وچ گیا تے سرکار فرمایا تیرے مقدر وچ اولاد نہیں لکھی. روندو آیا ولیا تے بادشاہ حسین دی نگاہ پئی تے فرمایا چاچا کمبر پوچھ تے صحیح روندا کیوں ہے. فرمایا میں تے سندا مدینے والے بڑے لجپال ہیں, مگر میں اج فرمایا او سامنے والی ہستی بلا رہے, فرمایا اے تے بچہ ہے. فرمایا بچہ نہ آکھیں, کائنات دا امام ہے, مہربان ہو. تے بادشاہ حسین دے کول آیا رہے تے فرمایا میں او ہاں جڑا لوہ محفوظ دیاں تقدیراں بدلدا. سر چاہو ہن شیر تے پوری توجہ. جناب فضا دی میں شان پڑھنا چاہنا, عزت مقام بیان کرنا چاہنا. جناب سلیمان بڑا پریشان ہوا, فضا دے پاسے ویکھ کے دے ایو مقام پایا ہی. تے جناب فضا مسکرائی, سلیمان دے پاسے ویکھ کے دے پریشان نو, قلم تے لو جنان دا ہے کھڑونا,
بندے نہ بولن تا بابا کیا کر سکتا میں زنیاں دے راہ میں سر چاونا ہے میرے پاس ویکھنا ہے لوہے محفوظ دیاں جیڑا تقدیراں بدلے اس ہستی نو حسین آ دے سلیمان جو پریشان ہویا جناب فیضا سلیمان دے پاسے ویکھیا دی میڈو ڈیک میرا مقام پوچھنا ہے تے میرے قریب آ قریب آیا مسکرا کے سلیمان دے پاسے ویکھیا دی کلم تے لو جینا بھائی تھکے بیٹھے ہو ہوں بزرگ آخر اللہ درجات بلند کرے وہ پڑھتے ہیں مجلس حسین چ دو قسم دے بندے نہیں بلیندے ہوں ناراض نہ تھی وے انہیں ونڈ کیتی ایک وہ نہیں بلیندا جے کو لنگر ملے نہیں دوجا وہ نہیں بلیندا جیڑا دو ویری لنگر کر کے آ سدکے ہاں میں تھوڑے کو اتنی محنت نال سا شیر پڑھے تے پچھلے بندے تا سر تو گزر گیا سلوات پڑھو اچھی آواز نال سین بطول دا لقب حجاب اللہ حجاب اللہ یعنی اللہ دا پردہ جناب سلیمان فیضا نے پاسے ویکھ کے فرمایا کوئی اور مقام بھی عطا کیتا نے ڈسا سکدی تے جناب فیضا مسکرا کے سلیمان دے پاسے ویکھ کے آ دیے میں کو لا بن دی بس بھائی میں مطمئن جی آخر ہاں ایک بندہ بول پوے میں مطمئن ایک بندہ رو پوے میں مطمئن عزت مالک کو ٹھیک ہے میں بڑے عقیدے والا ذاکر ہوں بس ایک دعا منگدا باہرواں آوے حق و باطل دا فیصلہ ہوے ہن تاں وہ ویڑے وسن جنہاں دے تالے لگے تے چابیاں نہ لدھیاں بڑی مزور مجلس بابا جی ہر مجلس چوتھا امام آ بند ہے فرمیندے نو ساڈے ذکر چ رون والا اپنے رون تے غرور تے گھمنڈ نہ کریں تیرا اتنا رونا میری بہن مسومہ دی ایک جنا قدم مول نہیں تواڑیاں دیاں دے پردے ہوں میں مولا تو پرسا مزور کرے میرے اس دی عبادت ہو گئی بس دو آنسو آ گئے دو آنسو ہو را جاؤں دعا منگساں سارے امین کھے صبح شام رو کے ایا منگی کر مومنا دعا ہن تشالا وسے گھر حسین دا صبح میرو کے منگی کر مومنا دعا ہن تشالا وسے گھر حسین دا صبح شام رو کے قبلا جی ہار رکھ واس پیے ہر بندہ رو پیے صبح شام رو کے منگی کر مومنا دعا ہن تشالا وسے گھر یقیناً منظور مجلس او میرا کریم اللہ او تیرے خزانے کسے شے دی کمی نہیں میں
ਸ਼ਹੀਦਾਂ ਦੇ ਦਰਦਾਂ ਨਾਲ ਕਰਾਓ ਨੌਕਰ ਵਣਦੀ ਹਸੀਅਤ ਨਾਲ ਦੁਆ ਮੰਗਦਾ ਮੇਰਾ ਮਾਲਕ ਇਹਨਾਂ ਸ਼ਰੀਫਾਂ ਕੋ ਇਤਨੇ ਤਈ ਮੌਤ ਨਾ ਦੇਵੇ ਜਿਤਨੇ ਤਈ ਸ਼ਾਮ ਦਾ ਬਜ਼ਾਰ ਨਾ ਵੇਖੇ ਜਿਤਨੇ ਤਾਈ ਅੱਖੀ ਨਾਲ ਉਹ ਜਾਨ ਬਣ ਕੇ ਵੇਖੇ ਜਿੱਥੇ ਬਹਿ ਕੇ ਆਦੀ ਆਈ ਚਾਦਰ ਦਿਓ ਮੈਂ ਅਲੀ ਜਿਹੜੀ ਆਦੀ ਆਈ ਚਾਦਰ ਦਿਓ ਮੈਂ ਮੁਹੰਮਦ ਦੀਆ ਮੈਂ ਹੁਸੈਨ ਦੀ ਭੈਣ ਜਿਹੜੀ ਆਦੀ ਆਈ ਵੇ ਸਜਾਨ ਹੋਣ ਦੱਸਾਂ ਇਮਾਮ ਦੀ ਰਾਤ ਵਧਿਆ ਧੁੱਫੀ ਦੇ ਪਾਸੇ ਵੇਖ ਕੇ ਆਖਿਆ ਬਿਰਾਦ ਰੱਲੇ ਘੁਸ ਗਈ ਉਵੇਂ ਆਓ ਤੁਹਾਡੀ ਜੁੱਤੀ ਸ਼ਾਮ ਨਾਈ ਦੁਆ ਹੁਣ ਤਸ਼ਾਲਾ ਵਸੇ ਘਰ ਹੁਸੈਨ ਦਾ ਮੁੱਦਤਾਂ ਦੇ ਮਾਰੇ ਹੋਏ ਦੇਵੇ ਕੋਈ ਜਾਂਦੇ ਰੇ ਲਾ ਹੁਣ ਤਸ਼ਾਲਾ ਵਸੇ ਘਰ ਪੱਥਰ ਦਾ ਜਿਗਰ ਦਾ ਤਾਂ ਮੈਂ ਦਾਮਿਨ ਦੇਵੇ ਕੋਈ ਜਾਂਦੇ ਰੇ ਲਾ ਹੁਣ ਤਸ਼ਾਲਾ ਵਸੇ ਘਰ ਰੋਨੀਆਂ ਅੱਖਾਂ ਨਾਲ ਉਹ ਪਰਦੇ ਚ ਆਈ ਹੋਈਆਂ ਮੇਰੀਆਂ ਮਾਵਾਂ ਬੇਣਾ ਤੁਹਾਡੇ ਇਸ਼ਟੇ ਦਾ ਵੈਣ ਪੜਨਾ ਚਾਹੁੰਦ ਬੇਣਾ ਦੇ ਮਾਣ ਸਲਾਮਾਂ ਤਰਾਵੇਂ ਨੇ ਬੇਣਾ ਕੋ ਬਿਰਾਵਾਂ ਤੇ ਵੱਡੇ ਮਾਣ ਆਉਂਦੇ ਨੇ ਅਸਾਂ ਸ਼ਰੀਫਾਂ ਦੀ ਮਾਲੇ ਕੱਲਾ ਇਹ ਹਸਰਤ ਅੱਖੀਆਂ ਵੇਖ ਵੇ ਸੁਗਰਾ ਕੋ ਰੱਬ ਵੀਰ ਮਿਲਾ ਮਾਤਮ ਕਰੋ ਯਾਰ ਵੇਖ ਰੱਬ ਵੀਰ ਮਿਲਾਵੇ ਬੈਠੇ ਰਹਿਣ ਕੋਲ ਹਮੇਸ਼ਾ ਹਰ ਵੇਲੇ ਭੇਣ ਤੇ ਬਿਰਾ ਹੁਣ ਤਸ਼ਾਲਾ ਵਸੇ ਘਰ ਬੈਠੇ ਰਹਿਣ ਕੋਲ ਹਮੇਸ਼ਾ ਹਰ ਵੇਲੇ ਭੇਣ ਤੇ ਬਿਰਾ ਜਿਹੜਾ ਬੰਦਾ ਅੱਜੇ ਹੀ ਨਰੂਨਾ ਸਰ ਚਾਵੇ ਏਡਾ ਵੱਡਾ ਵਹਿਣ ਕਰਨਾ ਚਾਹਨਾ ਜੋ ਬੰਦੇ ਮੁਸੱਲੇ ਤੇ ਦੁਆ ਕਰਨ ਘਰ ਤੇ ਰੋਵੇ ਨਾ ਦੂਜੀ ਕਿਹੜੀ ਹਸਰਤ ਗਾਜ਼ੀ ਕੋ ਮਿਲ ਜਾਵੇ ਨੇ ਲੁੱਟੀਆਂ ਚਾਦਰ ਵਾਪਸ ਆਵੇ ਨੇ ਗਾਜ਼ੀ ਕੋ ਮਿਲ ਜਾਵੇ ਨੇ ਲੁੱਟੀਆਂ ਚਾਦਰ ਵਾਪਸ ਆਵੇ ਆਖ ਦੀ ਅਲੀ ਦੀ ਗਾਲੀ ਹੱਥਾਂ ਨਾਲ ਪੂਰੀ ਕੇ ਕਰਾ ਹੁਣ ਤਸ਼ਾਲਾ ਵਸੇ ਘਰ ਹੁਸੈਨ ਦਾ ਆਖ ਦੀ ਅਲੀ ਦੀ ਗਾਲੀ ਹੱਥਾਂ ਨਾਲ ਪੂਰੀ ਕੇ ਕਰਾ ਨੌਕਰਾਂ ਨੌਕਰਾਂ ਗਾਜ਼ੀ ਕੋ ਚਾਦਰ ਵਾਪਸ ਆਵਨੇ ਆਖ ਦੀ ਅਲੀ ਦੀ ਗਾਲੀ ਹੱਥਾਂ ਨਾਲ ਬੁਰੀ ਕੇ ਕਰਾ ਹੁਣ ਤਸ਼ਾਲਾ ਵਸੇ ਘਰ ਹੁਸੈਨ ਦਾ ਪੜਦਾ ਪਿਆ ਜਾ ਫੌਜ ਦਾ ਮਰ ਜਰਨੈਲ ਮੰਗੇ ਥੀ ਉਹਦੀਆਂ ਖਤਮ ਲੜਾਈਆਂ ਬੈਠਾ ਜਾਂਦੇ ਆਸਰੇ ਤੇ ਤੁਰੀਆਂ ਵਤਨ ਤੋਂ ਸਾਰਾ ਬੈਠਾ ਜਾਂਦੇ ਆਸਰੇ ਤੇ ਤੁਰੀਆਂ ਵਤਨ ਤੋਂ ਸਾਰਾ ਹਲੇ ਜਾਣੇ ਬੰਦੇ ਕਿਹੜੇ ਖਿਆਲ ਸੁਣ ਲਓ ਉਹ ਜੰਗ ਮੁੱਕ ਗਈ ਐ ਵਾਤ ਕਿਉਂ ਲੁੱਟਿਆ ਏ ਸਾਕੂ ਖੈਮੇ ਆ ਕਰ ਦੀਦ
ਦੀਆਂ ਮਰ ਜਾਈਆਂ ਉਹ ਜੰਗ ਮੁੱਕ ਗਈ ਐ ਵਾਤ ਕਿਉਂ ਲੁੱਟਿਆ ਏ ਸਾਕੂ ਖੈਮੇ ਔਖੇ ਤੇ ਭਾਵੇਂ ਸੌਖੇ ਏਡਾ ਵੱਡਾ ਵੈਣ ਉਹ ਯਾਰ ਅੱਲਾ ਜਾਣੇ ਚੰਦ ਬੰਦੇ ਕਿਹੜੇ ਖਿਆਲ ਸੁਣਦੇ ਬੈਠੇ ਉਹ ਵੈਣ ਸਾਈਓ ਤੂੰ ਪਿੰਨ ਕੇ ਕਰਨਾ ਚਾਹਨਾ ਜਿਹੜੇ ਵੈਣ ਤੇ ਅਲੀ ਦੀ ਧੀ ਦੀ ਮੋਹਰ ਲੱਗੀ ਹੋਈ ਮੈਨੂੰ ਮਿੰਬਰ ਦੀ ਕਸਮ ਏ ਔਖੇ ਤੇ ਭਾਵੇਂ ਸੌਖੇ ਇਸ ਹਾਲਤ ਕਰਬਲਾ ਦਾ ਗਰੀਬ ਆਪਣੇ ਬਿਰਾਓ ਦੀ ਲਾਸ਼ ਤੇ ਆਏ ਬੜੀ ਕੋਸ਼ਿਸ਼ ਕੀਤੀ ਏ ਜੋ ਮੈਂ ਗਾਦੀ ਦੀ ਲਾਸ਼ ਚਾਵਾਂ ਗਾਦੀ ਦੀ ਲਾਸ਼ ਕੰਬੀ ਆਵਾਜ਼ ਆਈ ਏ ਮੇਰੀ ਲਾਸ਼ ਨਾਚਾ ਮੈਂ ਅਕਬਰ ਨਹੀਂ ਤੇ ਅਬਾਸ ਨੇ ਰੋ ਫਰਮਾਇਆ ਮੈਂ ਦੇਦਾਰੀਆਂ ਤੂੰ ਸਟੇਕ ਕੇ ਤਲੀਆਂ ਬਹੁ ਔਖਾ ਕੇ ਮਾਫੀ ਮੰਗ ਥੋੜਾ ਪੜ੍ਹਨਾ ਹੀ ਫੇਰ ਪੜ ਗਈਆਂ ਇੱਕ ਵੈਣ ਹੋ ਸਕਦਾ ਹਰ ਅੱਖ ਦੀ ਇਬਾਦਤ ਹੋਵੇ ਪਰਦੇ 'ਚ ਆਈ ਹੋਈ ਮਤਾਂ ਨਾਰਾਜ਼ ਹੋ ਕੇ ਜਾਵੇ ਇੱਕ ਵਹਿਣ ਕਰਨਾ ਹੈ ਬਹੁ ਵੱਡੇ ਮਾਣ ਨੇ ਅਲੀ ਦੀਆਂ ਧੀਆਂ ਨੂੰ ਅਬਾਸ ਤੇ ਅੱਛਾ ਯਾਰ ਇਨਸਾਫ ਨਾਲ ਦੱਸੋ ਜਵਾਨ ਭਰਾ ਦੀ ਲਾਸ਼ ਤੇ ਜੋ ਆਇਆ ਤੇ ਲਾਸ਼ ਮੁਕੰਮਲ ਹੋਈ ਬਾਬਾ ਜੀ ਕੋਈ ਬਾਲੂ ਕਿਦਾਂ ਹੀ ਨਜ਼ਰ ਆਏ ਤੇ ਕੋਈ ਕਿਦਾਂ ਹੀ ਰੋ ਰੋ ਕੇ ਰੱਖੜਾ ਬਾਲੂ ਕਿਵੇਂ ਚਾਵਾ ਉਹ ਦੱਸ ਆਲੀ ਵੀਰ ਬਾਲੂ ਕੀ ਜਿਹੜਾ ਬੰਦਾ ਜਨ ਨੂੰ ਨਾ ਜਿਗਰ ਤੇ ਹੱਥ ਰੱਖੇ ਵੀਰ ਖੈਮੇ ਕੀ ਜਾਵਾ ਉਹ ਦੱਸ ਆਲੀ ਵੀਰ ਖੈਮੇ ਕੀ ਏਡਾ ਵੱਡਾ ਵੈਣ ਕੀਤਾ ਕਰਬਲਾ ਉਹਦੇ ਗਰੀਬ ਕਰਬਲਾ ਉਹਦੀ ਨਗਰੀ ਹਲ ਗਈ ਹੈ ਰੋ ਰੋ ਕੇ ਰੱਖੜਾ ਫੱਟੀ ਹੋਈ ਮੱਛਾ ਕਨੂੰ ਕੀ ਵੇਚਾ ਫੱਟੀ ਹੋਈ ਮੱਛਾ ਕਨੂੰ ਕੀ ਜਾ ਕੇ ਬਾਲ ਤੇਲ ਸੀਨੇ ਲਾ ਕੇ ਕਿਵੇਂ ਭੈਣੀ ਕੂੰਡ ਖਿਲਾਵ ਉਹ ਦੱਸ ਗਾ ਵੀ ਰੋਣ ਭੈਣੀ